ਤੋ ਦਾਵਤ ਖਿਤਾਬ ਦੇ ਰਹੇ ਹਾਂ। ਵਾਜਬ ਉਲ ਇਹਤਰਾਮ ਜ਼ਾਕਰ ਅਲੇ ਬੈਤ ਜਨਾਬ ਜ਼ਾਕਰ ਅਫਜ਼ਲ ਹੁਸੈਨ ਗੁਜਰ ਸਾਹਿਬ। ਸਲਵਾਤ ਪੜ੍ਹੋ ਬੁਲੰਦ ਆਵਾਜ਼ ਨਾਲ। ਆਊਜ਼ ਬਿੱਲਾਹਿ ਮਿਨ ਸ਼ੈਤਾਨ ਰਜੀਮ, ਬਿਸਮਿਲ੍ਲਾ ਰਹਿਮਾਨ ਰਹੀਮ, ਅਲਹਮਦੁਲਿਲਾਹ ਰੱਬਿਲ ਆਲਮੀਨ, ਅਸਲਾਤੋ ਵਸਲਾਮੋ ਅਲਾ ਅਸ਼ਰਫ ਲੰਬੀਆ ਵਲ ਮੁਰਸਲੀਨ ਸੈਯਦਨਾ ਵ ਮੌਲਾਨਾ ਅਬਿਲ ਕਾਸਮ ਮੁਹੰਮਦ ਮੁਸਤਫਾ ਸਲਵਾਤ। ਮਜਲਿਸ ਦਾ ਆਗਾਜ਼ ਏ, ਜਿਤਨਾ ਕੁ ਟਾਈਮ ਮਿਲਿਆ ਨੇ ਜੀ ਉਹਦੇ ਵਿੱਚ ਡਿਪਟੀ ਪਾਕਾਂ ਦੀ ਦੇ ਕੇ ਇਜਾਜ਼ਤ ਚਾਹਵਾਂਗਾ ਜੀ। ਕਿਬਲਾ ਅੱਲਾਹ ਆਦਲ ਏ, ਇਨਸਾਫ ਕਰਨੇ ਵਾਲਾ, ਅੱਲਾਹ ਨਾਸਰ ਏ, ਮਦਦ ਕਰਨੇ ਵਾਲਾ, ਸਾਜਦ ਸਜਦਾ ਕਰਨੇ ਵਾਲਾ, ਮਸਜੂਦ ਜਿਸ ਕੋ ਸਜਦਾ ਕੀਆ ਜਾਏ, ਆਬਦ ਇਬਾਦਤ ਕਰਨੇ ਵਾਲਾ, ਮਹਿਬੂਦ ਜਿਸ ਕੀ ਇਬਾਦਤ ਕੀ ਜਾਏ, ਬਾਦਸ਼ਾਹੀ ਕੁੱਲ ਕਾਇਨਾਤ ਤੇ ਅਲੀ ਦੀ ਬਾਦਸ਼ਾਹੀ ਹੈ। ਅਲੀ ਇਸਮੇ ਅਲਾਹੀ ਏ, ਅਲੀ ਕੋਈ ਐਵੇਂ ਤਾਂ ਨਹੀਂ ਵਾਏ ਆਮ ਇੱਕ ਬੰਦਾ ਲਗਾ ਜਾਂਦਾ ਅਲੀ ਏ, ਅਤੇ ਕੋਈ ਬੜੀ ਜਿੱਦੋਜਹਿਦ ਬੰਦੇ ਕਰਦੇ ਨੇ ਕਿ ਅਸੀਂ ਅਲੀ ਨੂੰ ਨਹੀਂ ਮੰਨਦੇ। ਉਹ ਤੁਸੀਂ ਅਲੀ ਨੂੰ ਕੀ ਮੰਨਣਾ, ਅਲੀ ਤਾਂ ਪਲੀਤ ਦਿਲ ਵਿੱਚ ਆਉਂਦੇ ਹੀ ਨਹੀਂ, ਤੁਸੀਂ ਅਲੀ ਨੂੰ ਮੰਨਣਾ? ਅਲੀ ਤਾਂ ਤੁਹਾਡੇ ਮੰਨਣ 'ਤੇ ਬੈਠੇ ਨੇ। ਅਲੀ ਖਾਲਕ ਕਾਇਨਾਤ ਨੇ ਫਰਿਸ਼ਤੇ ਇੱਕ ਜਿਸ ਤਰ੍ਹਾਂ ਅਸੀਂ ਦੁਨੀਆਂ 'ਤੇ ਚੁਣਨੇ ਆ ਨਾ, ਅਸੀਂ ਆ ਕੇ ਨੁਮਾਇੰਦੇ ਚੁਣ ਲਏ ਮੁਰਸ਼ਦ ਪਾ ਕੇ, ਕੋਈ MNA ਕੋਈ ਵਜ਼ੀਰ ਆਜ਼ਮ ਏ, ਅਸੀਂ ਨੁਮਾਇੰਦੇ ਚੁਣਨੇ ਆ। ਖਾਲਕ ਕਾਇਨਾਤ ਔਰ ਇਹ ਫਰਿਸ਼ਤੇ ਰਜ਼ੀ ਅੱਲਾ ਨਹੀਂ, ਇਹ ਲੈ ਸਲਾਮ ਨੇ। ਇਸੇ ਤਰ੍ਹਾਂ ਫਰਿਸ਼ਤਿਆਂ ਦੇ ਵਿੱਚੋਂ ਖਾਲਕ ਕਾਇਨਾਤ ਨੇ ਨੁਮਾਇੰਦੇ ਚੁਣੇ ਨੇ, ਜਬਰੀਲ ਸਾਡਾ ਪੈਗਾਮ ਅੱਲਾਹ ਤੱਕ ਪਹੁੰਚਾਉਣ ਵਾਸਤੇ, ਅੱਲਾਹ ਦਾ ਪੈਗਾਮ ਸਾਡੇ ਤੱਕ ਪਹੁੰਚਾਉਣ ਵਾਸਤੇ, ਮੇਕਾਇਲ ਰਿਜ਼ਕ ਅਤਾ ਕਰਨ ਵਾਸਤੇ, ਅੱਗੂ ਅਜ਼ਰਾਈਲ ਸਾਡੇ ਰੂਹ ਕਬਜ਼ ਕਰਕੇ ਅੱਲਾਹ ਤੱਕ ਲੈ ਕੇ ਜਾਂਦਾ। ਇਹ ਡਿਪਟੀਆਂ ਲਾਈਆਂ ਨੇ ਅੱਲਾਹ ਪਾਕ ਨੇ, ਨੁਮਾਇੰਦੇ ਚੁਣੇ ਨੇ, ਇਹ ਨੇ ਮਸੂਮ। ਕੋਈ ਬੰਦੇ ਇਸ ਕਾਇਨਾਤ 'ਤੇ ਉਹ ਮੁਤਕੀਨ ਪਰਹੇਜ਼ਗਾਰ, ਉਹਨਾਂ ਆਖਿਆ ਅੱਲਾਹ ਪਾਕ ਇਹ ਕੋਈ ਨਿਜ਼ਾਮ ਇਹ ਸਾਨੂੰ ਦੇ ਛੱਡਣਾ ਆਪਣਾ, ਅਸੀਂ ਚਲਾਉਂਦੇ। ਹਾਲੇ ਕਾਇਨਾਤ ਫਰਮਾਉਂਦੇ ਨੇ ਤੁਸੀਂ ਉਹ ਗੈਰੇ ਮਸੂਮ, ਫਰਿਸ਼ਤੇ ਨੇ ਮਸੂਮ, ਇਸ ਵਾਸਤੇ ਉਹਨਾਂ ਦੀ ਡਿਊਟੀ ਲਾਈ ਹੈ, ਮਸੂਮ ਕੋਲੋਂ ਗਲਤੀ ਨਹੀਂ ਆਉਂਦੀ, ਗੈਰੇ ਮਸੂਮ ਕੋਲੋਂ ਗਲਤੀ ਹੋ ਜਾਂਦੀ ਹੈ। ਅਗਰ ਤੁਹਾਡੇ ਕੋਲ ਗਲਤੀ ਹੋ ਗਈ, ਮੇਰਾ ਸਾਰਾ ਨਿਜ਼ਾਮ ਗਲਤ ਹੋ ਜਾਏਗਾ। ਹੁਣ ਕੋਈ ਅਸਤੀ, ਕੋਈ ਅਸਤੀ, ਕੋਈ ਸ਼ਖਸੀਅਤ ਇੱਧਰੋਂ ਆ ਕੇ ਪੌਂ ਦੀ ਠੋਕਰ ਨਾਲ ਮੁਰਦਾ ਖੜਾ ਕਰ ਦੇ ਅਤੇ ਉਹ ਰਜ਼ੀ ਅੱਲਾ ਉਹ ਲੈ ਸਲਾਮ ਏ। ਖਾਲਕ ਕਾਇਨਾਤ ਫਰਮਾਨੇ ਨੇ ਨਿਜ਼ਾਮ ਏ ਵੀ ਮੇਰਾ ਚਲਾ ਲਈ ਰਿਹਾ। ਕਮਾਲ ਹੋ ਗਈ, ਕਮਾਲ ਅਤੇ ਕਮਾਲ ਹੋ ਗਈ, ਇਤਨੀ ਮਾਲਕਾਂ ਦੀ ਫਜ਼ੀਲਤ ਤਗੜੀ ਏ, ਅਤੇ ਤੁਸੀਂ ਮਾਲਕਾਂ ਦੀ ਫਜ਼ੀਲਤ 'ਤੇ ਨਾਰਾ ਇਸ ਤਰ੍ਹਾਂ ਦਾ ਬੁਲੰਦ ਕਰੋ ਕਿ ਤੁਹਾਡਾ ਨਾਰਾ ਜਬਰੀਲ ਵੀ
ਪਰਾਂ ਤੇ ਤਾਰ ਕੇ ਨਜਫ ਤੇ ਵਾਲੀ ਕੋਲੇ ਲੈ ਕੇ ਜਾਏ ਕਿ ਤੁਹਾਡਾ ਇੰਨਾ ਨਾਰਾ ਬੁਲੰਦ ਆ ਮੈਂ ਪੈਗਾਮ ਦੇਣਾ। ਕਿਆ ਬਾਤ ਕਿਬਲਾ, ਅਸੀਂ ਅਲੀ ਨੂੰ ਵਸ ਨਾਲ ਨਹੀਂ ਮੰਨਿਆ ਕਿ ਸਾਡੇ ਵਸ ਵਿੱਚ ਕਿ ਅਸੀਂ ਅਲੀ ਨੂੰ ਮੰਨ ਲਿਆ। ਮੈਨੂੰ ਕਸਮ ਹੈ ਪਰਵਰਦਗਾਰ ਦੀ ਜਿਹਦੇ ਕਬਜ਼ੇ 'ਚ ਮੇਰੀ ਜਾਨ ਹੈ, ਅਸੀਂ ਅਲੀ ਨੂੰ ਵਸ ਨਾਲ ਨਹੀਂ ਮੰਨਿਆ ਕਿ ਸਾਡੇ ਵਸ ਵਿੱਚ ਆ ਕਿ ਅਸੀਂ ਅਲੀ ਨੂੰ ਮੰਨਿਆ ਆਪਣੀ ਵਜ੍ਹਾ। ਇਮਾਨਦਾਰੀ ਦੀ ਗੱਲ ਹੈ, ਪੂਰੀ ਕਾਇਨਾਤ ਦੀ ਰਿਸਰਚ ਕੀਤੀ ਹੈ, ਸਾਨੂੰ ਅਲੀ ਦਾ ਸਾਨੀ ਨਬੀਆਂ ਵਿੱਚ ਨਹੀਂ ਮਿਲਿਆ, ਸਾਨੂੰ ਅਲੀ ਦੇ ਨਾਲ ਦਾ ਕਾਇਨਾਤ ਚ ਲੱਭਿਆ ਹੀ ਨਹੀਂ। ਅਲੀ ਦੀ ਵਿਲਾਦਤ ਕਾਬੇ 'ਚ ਹੋਈਏ, ਬੰਦੇ ਚੌਕੀਆਂ 'ਚ ਜੰਮੇ ਨੇ, ਅਲੀ ਮੈਦਾਨ ਦਾ ਕਰਾਰ ਹੈ, ਦੁਨੀਆ ਫਰਾਡ ਹੈ। ਕਿਆ ਬਾਤ ਕਿਬਲਾ, ਫਿਰ ਆਖਦੇ ਨੇ ਗਾਦੀ ਅਬਾਸ, ਅਸੀਂ ਗਾਦੀ ਅਬਾਸ ਨੂੰ ਗਾਦੀ ਅਬਾਸ ਅਲਮਦਾਰ ਮੰਨਿਆ, ਅਸੀਂ ਅਬਾਸ ਨੂੰ ਕਮਰੇ ਬਣੀ ਆਸ਼ਮ ਮੰਨਿਆ, ਅਸੀਂ ਅਬਾਸ ਨੂੰ ਲਾਜਪਾਲ ਮੰਨਿਆ, ਅਸੀਂ ਅਬਾਸ ਨੂੰ ਪੁੱਤਰ ਅਲੀ ਦਾ ਮੰਨਿਆ, ਅਸੀਂ ਅਬਾਸ ਨੂੰ ਵੀਰ ਹਸਨੈਨ ਦਾ ਮੰਨਿਆ, ਅਸੀਂ ਅਬਾਸ ਨੂੰ ਆਜਦ ਰਵਾ ਮੰਨਿਆ, ਜਦੋਂ ਇਮਾਮ ਨਹੀਂ ਮੰਨਿਆ। ਸਾਡੀ ਇਮਾਮਨ ਦੇ ਪਿੱਛੇ ਇੱਕ ਗਹਿਰਾ ਰਾਤ ਹੈ ਕਿਬਲਾ, ਅਸੀਂ ਅਬਾਸ ਨੂੰ ਗਾਦੀ ਅਬਾਸ ਅਲਮਦਾਰ ਮੰਨਿਆ, ਅਸੀਂ ਅਬਾਸ ਨੂੰ ਕਮਰੇ ਬਣੀ ਆਸ਼ਮ ਮੰਨਿਆ, ਅਸੀਂ ਅਬਾਸ ਨੂੰ ਲਾਜਪਾਲ ਮੰਨਿਆ, ਅਸੀਂ ਅਬਾਸ ਨੂੰ ਪੁੱਤਰ ਅਲੀ ਦਾ ਮੰਨਿਆ, ਅਸੀਂ ਅਬਾਸ ਨੂੰ ਵੀਰ ਹਸਨੈਨ ਦਾ ਮੰਨਿਆ, ਅਸੀਂ ਅਬਾਸ ਨੂੰ ਆਜਦ ਰਵਾ ਮੰਨਿਆ। ਜਦੋਂ ਇਮਾਮਤ ਦੀ ਗੱਲ ਆਈ ਅਸੀਂ ਪਲਟ ਕੇ ਨਹੀਂ ਡਿੱਠਾ, ਓਏ ਅੱਧ ਮੁੱਕ ਗਈ ਆ ਤੇਰੇ ਅਕਲ ਦੀ। ਜਿਸ ਕੌਮ ਨੇ ਐਸੀ ਸ਼ਖਸੀਅਤ ਨੂੰ ਇਮਾਮ ਨਹੀਂ ਮੰਨਿਆ, ਉਹ ਕਿਸੇ ਆਰੇ ਬਗੈਰੇ ਨੂੰ ਇਮਾਮ ਕਿਵੇਂ ਮੰਨ ਲਵੇ। ਮੇਰਾ ਮੂਡ ਬਣ ਗਿਆ ਜਨਾਬ, ਤੁਹਾਡੀ ਮੁਹੱਬਤ ਵੇਖ ਕੇ ਮੈਂ ਜਨਾਬੇ ਗਾਦੀ ਅਬਾਸ ਦੀ ਛੋਟੀ ਜਿਹੀ ਬਹਾਦਰੀ ਦੀ ਝਲਕ ਵਿਖਾਵਾਂ ਅਤੇ ਉਹਦੇ ਨਾਲ ਹੀ ਇਜਾਜ਼ਤ ਚਾਹਵਾਂਗਾ ਜੀ। ਕਿਬਲਾ, ਅਰਬ ਦਾ ਇੱਕ ਸਰਦਾਰ ਆ, ਉਸਦਾ ਨਾਂ ਸ਼ਬੂਨ ਯੋਦੀ ਆ, ਉਸਦੇ ਕੋਲ ਇੱਕ ਪਹਿਲਵਾਨ ਆ, ਉਸਦਾ ਨਾਂ ਜ਼ਰਦਿਆਨ ਕੁੰਦੀ ਆ। ਉਸਨੇ ਕਿਹਾ ਤੂੰ ਅਲੀ ਦਾ ਸਿਰ ਲਾ ਲਿਆ, ਤੈਨੂੰ ਮੈਂ ਮੂੰਹ ਮੰਗਿਆ ਇਨਾਮ ਦਿਆਂ ਦਾ। ਪਹਿਲਵਾਨ ਮਦੀਨੇ 'ਚ ਆਇਆ, ਅਲੀ ਦਾ ਦਰਵਾਜ਼ਾ ਖੜਕਾਇਆ, ਅਬਾਸ ਬਾਹਰ ਆਏ ਨੇ। ਅਬਾਸ ਫਰਮਾਉਂਦੇ ਨੇ ਕਿਵੇਂ ਆਇਆ? ਪਹਿਲਵਾਨ ਆਖਦਾ ਮੈਂ ਅਲੀ ਨਾਲ ਕੁਸ਼ਤੀ ਲੜਨ ਆਇਆ। ਅਬਾਸ ਫਰਮਾਉਂਦੇ ਨੇ ਅਲੀ ਨਾਲ ਕੁਸ਼ਤੀ ਤੂੰ? ਓਏ ਅਲੀ ਨਾਲ ਤਾਂ ਤੇਰਾ ਬਾਪ ਵੀ ਨਹੀਂ ਲੜ ਸਕਦਾ, ਮੈਂ ਅਲੀ ਦੇ ਪੁੱਤਰਾਂ ਦਾ ਗੁਲਾਮ ਹਾਂ, ਅਗਰ ਜ਼ਮੀਨ 'ਤੇ ਮੈਨੂੰ ਗਿਰਾ ਲਵੇਂਦਾ ਮੈਂ ਆਪਣੇ ਬਾਪ ਦੀ ਸ਼ਿਕਸਤ ਬਣ ਜਾਂਦਾ। ਜ਼ਮੀਨ 'ਤੇ ਗਿਰਾਉਣਾ ਤਾਂ ਇੱਕ ਪਾਸੇ, ਅਗਰ ਜ਼ਮੀਨ 'ਤੇ ਮੇਰੇ ਪੋਹ ਖੇਡ ਲੈਂਦਾ ਮੈਂ ਆਪਣੇ ਬਾਪ ਦੀ ਸ਼ਿਕਸਤ ਮੰਨ ਜਾਂਦਾ। ਪਹਿਲਵਾਨ ਆਖਦਾ ਤੂੰ ਲੜਕਾ? ਅੱਬਾਸ ਫਰਮਾਉਂਦੇ ਨੇ ਲੜ ਕੇ ਵੇਖ। ਪਹਿਲਵਾਨ ਆਖਦਾ ਤੂੰ ਬੱਚਾ? ਅੱਬਾਸ ਫਰਮਾਉਂਦੇ ਨੇ ਬਚ ਕੇ ਵੇਖ। ਪਹਿਲਵਾਨ ਆਖਦਾ ਤੇਰੇ ਨਾਲ ਲੜਨਾ ਮੇਰੀ ਤੋਹੀਨ। ਜਿਸ ਵਕਤ ਤੋਹੀਨ ਹੈ, ਲਫ਼ਜ਼ ਤੋਹੀਨ ਆਇਆ, ਉਸ ਵਕਤ ਅੱਬਾਸ ਜਲਾਲਤ ਬਰੀ ਨਿਗਾਹ ਦੇ ਕੇ ਆਖਦੇ ਨੇ ਤੋਹੀਨ, ਤੋਹੀਨ ਤੇ ਮੇਰੀ ਹੈ ਜਿਹਦੀਆਂ ਰਗਾਂ 'ਚ ਅਲੀ ਦਾ। ਨਾਰਾ ਇਤਨਾ ਬੁਲੰਦ ਕਰੋ, ਮੈਂ ਅੱਗੇ ਆਖਿਆ ਮਾਲਕਾਂ ਦੀ ਫਜ਼ੀਲਤ ਬਹੁਤ ਉੱਚੀ ਹੈ, ਬੜੀ ਵੱਡੀ ਸ਼ਾਨ ਹੈ। ਨਾਰਾ ਇਸ ਤਰ੍ਹਾਂ ਬੁਲੰਦ ਕਰੋ ਕਿ ਪਤਾ ਲੱਗੇ ਕਿ ਨਾਰਾ ਬੁਲੰਦ ਹੋਇਆ, ਔਰ ਮੌਲਾ ਅਲੀ ਨੂੰ ਨਜਫ ਤਾਈ ਬਣ, ਨਜਫ ਦੇ ਵਾਲੀ ਨੂੰ ਨਜਫ ਤਾਈ ਬਾਦ ਜਾਣਾ ਚਾਹੀਦਾ। ਨਾਰਾ ਹੈਦਰੀ! ਕਿਆ ਬਾਤ! ਅੱਬਾਸ ਫਰਮਾਉਂਦੇ ਨੇ ਕਾਬੂ ਉਹ ਤਗੜਾ, ਕਮਰ 'ਚ ਹੱਥ ਪਾਇਆ,
ਅੱਬਾਸ ਦੇ ਕਦਮ ਤੱਕ ਨਹੀਂ ਖੜੇ, ਕਦਮ ਤੱਕ ਨਹੀਂ ਖੜੇ। ਅੱਬਾਸ ਫਰਮਾਉਂਦੇ ਨੇ ਕਾਬੂ ਉਹ ਤਗੜਾ, ਕਮਰ 'ਚ ਹੱਥ ਪਾਇਆ, ਆਸਮਾਨ ਦੀ ਤਰਫ ਸੱਟਿਆ, ਆਸਮਾਨ ਦੀ ਖਿੱਚ ਕੇ ਫਿਰ ਜ਼ਮੀਨ 'ਤੇ ਆਉਂਦਾ, ਜ਼ਮੀਨ ਦੀ ਫਿਰ ਆਸਮਾਨ ਦੀ ਤਰਫ ਸੱਟਿਆ, ਆਸਮਾਨ ਦੀ ਖਿੱਚ ਕੇ ਫਿਰ ਜ਼ਮੀਨ 'ਤੇ ਆਉਂਦਾ। ਜਿਸ ਵਕਤ ਸੱਤਵੀਂ ਵਾਰ ਜ਼ਮੀਨ 'ਤੇ ਆਉਂਦਾ ਨਾ, ਉਸ ਵਕਤ ਜਨਾਬ ਅੱਬਾਸ ਫਰਮਾਉਂਦੇ ਨੇ ਹੁਣ ਦੱਸ ਖਾ ਕੁਸ਼ਤੀ ਕਿਹਦੇ ਨਾਲ ਲੜਨੀ ਹੈ। ਪਹਿਲਵਾਨ ਆਖਦਾ ਯੇ ਸ਼ਿਕਸਤੇ ਕਾਸ਼ ਮੁਝਕੋ ਆਜ ਪਹਿਲੀ ਵਾਰ, ਮੈਲੂਮ ਹੋਤਾ ਹੈ ਮੁਝੇ ਤੂੰ ਹੈਦਰੇ ਕਰਾਰ। ਕਿਬਲਾ ਫਿਰਾਦੇ ਨੇ ਕਿ ਇਹ ਸ਼ੀਆ ਉਂਝ ਤਾਂ ਚੰਗੇ ਨੇ, ਮਾਤਮ ਕਰਦੇ ਨੇ, ਪਿੱਟਦੇ ਨੇ, ਤੂੰ ਨਾ ਪਿੱਟ, ਕਦੇ ਤੇਰੇ ਬੂਹੇ 'ਤੇ ਗਏ ਨੇ ਇਹ ਪਿੱਟਣ ਵਾਲੇ ਜਨਮੀ ਨੇ, ਬੂਥੀ ਨਹੀਂ ਵੇਖੀ ਜਨਤੀ ਦੀ, ਇਹ ਪਿੱਟਣ ਵਾਲੇ ਜਨਮੀ ਨੇ। ਚਲੋ ਪਿੱਟਣਾ ਤਾਂ ਜਿਗਣ ਕਿਵੇਂ, ਇਹਨਾਂ ਛੁਰੀਆਂ ਪਤਾ ਨਹੀਂ ਕਿੱਥੋਂ ਕੱਢਣਗੀਆਂ। ਆਹ ਮੈਂ ਤੈਨੂੰ ਦੱਸਾਂ ਹੁਣ ਛੁਰੀਆਂ ਕਿੱਥੋਂ। ਇਬਰਾਹਿਮ ਆਪ ਵੀ ਨਬੀ, ਪੁੱਤਰ ਵੀ ਨਬੀ, ਅਤੇ ਅੱਖਾਂ 'ਤੇ ਪੱਟੀ ਬੰਨ੍ਹ ਕੇ ਛੁਰੀ ਚਲਾਈ ਨਹੀਂ, ਸ਼ੁਕਰ ਕਰੋ ਚੱਲੀ ਨਹੀਂ। ਅਤੇ ਫਿਰ ਸ਼ਰਮ ਕਰੋ ਜਿਹਦਾ ਪੁੱਤਰ ਛੁਰੀ ਥਲੀ ਬਚ ਕੇ ਨਿਕਲ ਗਿਆ, ਉਹਦੇ 'ਤੇ ਕਰਜ਼ੇ ਚੁੱਕ ਕੇ ਕੁਰਬਾਨੀ ਦੇਣਾ, ਅਤੇ ਉਹ ਵੀ ਤਿਆ ਜਿਹੜਾ ਡੀਗਰ ਵੇਲੇ ਪੱਲਾ ਛੰਡ ਕੇ ਉੱਠਿਆ। ਇਹ ਜਿਸਲੇ ਕੂਕਾ ਮਾਰ ਕੇ ਰੋਂਦੇ ਹੋ ਨਾ, ਹੁਸੈਨ ਦੀ 4 ਸਾਲ ਦੀ ਧੀ ਫੁੱਫੀ ਦਾ ਮੋਢਾ ਪਕੜ ਕੇ ਆਖਦੀ, ਫੁੱਫੀ ਦੱਸ ਸਾਡੇ ਕੀ ਲੱਗਦੇ ਨੇ, ਇਹ ਰਿਸ਼ਤੇਦਾਰ ਨੇ? ਆਵਾਦਮ ਦੀ ਰਿਸ਼ਤੇਦਾਰ ਨਹੀਂ, ਉਹ ਬਦਾਰ ਨੇ। ਫੁੱਫੀ ਕਿਉਂ ਰੋਂਦੇ ਨੇ? ਆਵਾਦਮ ਦੀ ਸਕੀਨਾ ਇਹਨਾਂ ਤੇਰੇ ਅਸਗਰ ਨੂੰ ਤੀਰ ਲੱਗਦਿਆਂ ਨਹੀਂ ਡਿੱਠਾ, ਸਕੀਨਾ ਇਹਨਾਂ ਤੇਰੇ ਅਕਬਰ ਨੂੰ ਬਰਛੀ ਲੱਗਦਿਆਂ ਨਹੀਂ ਡਿੱਠਾ, ਸਕੀਨਾ ਇਹਨਾਂ ਤੇਰੇ ਚਾਚਾ ਬਾਸ ਦੇ ਬਾਜ਼ੂ ਕਲਮ ਹੁੰਦਿਆਂ ਨਹੀਂ ਡਿੱਠਾ, ਸਕੀਨਾ ਇਹਨਾਂ ਤੇਰੇ ਬਾਬਾ ਨੂੰ ਦੌੜ ਦੇ ਗੋੜੇ 'ਤੇ ਗਿਰਦਿਆਂ ਨਹੀਂ ਡਿੱਠਾ। ਮੁਰਸ਼ਿਦਾਦਾ ਆਖਦਾ ਇੱਕ ਵਾਰੀ ਦਿਲ ਦੀ ਅਸਰ ਦੇ, ਯਕੀਨਾ ਇਹਨਾਂ ਤੇਰੇ ਦੁਰ ਲੈਂਦੇ ਨਹੀਂ ਡਿੱਠੇ। ਮੁਰਸ਼ਿਦਾਦਾ ਦਾ ਮੇਰੇ ਦਿਲ ਦੀ ਅਸਰ 'ਤੇ ਅਗਰ ਇਸ ਕਮੀਨੇ ਨੂੰ ਦੁਰਾਂ ਦੀ ਲੋੜ ਹੈ, ਜ਼ਬਾਨ 'ਤੇ ਬੱਚੀ 'ਤੇ ਮੰਗ ਲੈਂਦਾ, ਸਖੀ ਦੀ ਧੀ ਆਈ ਲਾ ਕੇ ਦੇ ਸਕਦੀ। ਅਗਰ ਇਸ ਕਮੀਨੇ ਨੂੰ ਬੱਚੀ 'ਤੇ ਮੰਗਦਿਆਂ ਸ਼ਰਮ ਆਉਂਦੀ ਆਈ, ਔਲੀ ਜੀ ਕੁੰਡੀ ਖੋਲ੍ਹ ਕੇ ਉੱਠ ਜਾਂਦਾ। 1400 ਸਾਲ 'ਤੇ ਲੈ ਕੇ ਅੱਜ ਤੱਕ ਰੋਂਦੇ ਇਸ ਵਾਸਤਿਆਂ ਪਏ, ਇਸ ਕਮੀਨੇ ਨੇ ਇਤਨੀ ਬੇਦਰਦੀ ਨਾਲ ਦੁਰ ਖਿੱਚੇ ਨੇ, ਕਰਬਲਾ 'ਤੇ ਲੈ ਕੇ ਕੂਫੇ ਤੱਕ, ਕੂਫੇ 'ਤੇ ਲੈ ਕੇ ਸ਼ਾਮ ਤੱਕ, ਸ਼ਾਮ ਦੇ ਉਸ ਜ਼ਿੰਦਾਨ ਤੱਕ ਹੁਸੈਨ ਦੀ ਤੀਟਾਂ ਦਾ ਸਰਾਣਾ ਬਣਾ ਕੇ ਸੌਂਦੀ, ਕਰਵਟ ਬਦਲ ਬਦਲ ਕੇ ਆਦੀ, ਸਜਾਦ ਵੀਰ ਮੇਰੇ ਕੰਨਾਂ ਦਾ ਖੂਨ ਨਹੀਂ ਪਿਆ ਰੁਕਦਾ, ਮੇਰੀਆਂ ਮਾਵਾਂ ਮੇਰੀਆਂ ਭੈਣਾਂ ਤੁਹਾਨੂੰ ਵਾਸਤਾ ਸ਼ਬੀਰ ਦੀ ਆਖਰੀ ਨਮਾਜ਼ ਦਾ, ਸਾਰਾ ਸਾਲ ਵੇਵਰ ਪਾਓ ਤੁਹਾਨੂੰ ਸ਼ਰੀਅਤ ਮਨ੍ਹਾ ਨਹੀਂ ਕਰਦੀ, ਸਾਰਾ ਸਾਲ ਅੱਛੇ ਅੱਛੇ ਲਿਬਾਸ ਪਾਓ ਤੁਹਾਨੂੰ ਸ਼ਰੀਅਤ ਮਨ੍ਹਾ ਨਹੀਂ ਕਰਦੀ, ਜਦੋਂ ਚੰਨ ਮੁਹਰਮ ਦਾ ਚੜ੍ਹੇ ਨਾ ਪਹਿਲੇ ਆਪਣਾ ਦੇਖਣਾ, ਜਦੋਂ ਹਰ ਕੋਈ ਕਵੇ ਚੰਨ ਮੁਹਰਮ ਦਾ ਨਜ਼ਰ ਆ ਗਿਆ ਪਹਿਲੇ ਆਪਣਾ ਦੇਖਣਾ, ਜਦੋਂ ਹਰ ਕੋਈ ਕਵੇ ਚੰਨ ਮੁਹਰਮ ਦਾ ਨਜ਼ਰ ਆ ਗਿਆ, ਸਿਰ ਦੀ ਚਾਦਰ ਲਾ ਕੇ ਵਾਲ ਖੋਲ੍ਹ ਕੇ ਕਰ ਬਲਾਲ ਮੂੰਹ ਕਰਕੇ ਆਖਣਾ, ਜ਼ੈਨਬ ਤੇਰਿਆਂ ਖੁੱਲ੍ਹਿਆਂ ਵਾਲਾਂ ਦੇ ਬੜੇ ਅਰਮਾਨ।